ਪੱਕੇ ਹੋਣਗੇ, ਅਲੱਗ ਅਲੱਗ ਡਿਪਾਰਟਮੈਂਟ ਕੇ ਲੋਕ ਪੱਕੇ ਹੋਣਗੇ ਔਰ ਜੋ ਰਹੇ ਵੋ ਯੇ ਸਰਕਾਰ ਆਪ ਲੋਕੋ ਕਾ ਫੈਸਲਾ ਕਰੇਗੀ। ਯੇ ਸਰਕਾਰ ਜੋ ਹੈ ਵੋ ਨਿਰਣੇ ਲੇਗੀ ਭਾਰਤੀ ਜਨਤਾ ਵਾਲੇ ਦਿਨੋਂ ਮੈਂ ਭਾਰਤੀ ਜਨਤਾ ਪਾਰਟੀ ਕੀ ਸਰਕਾਰ ਜੀ ਆਪਕੇ ਸਾਹਮਣੇ ਆਜ ਨਾਮਾਂਕਨ ਪੱਤਰ ਦਾਖਲ ਕਰੇਂਗੇ ਔਰ ਭਾਰੀ ਬਾਰਿਸ਼ ਕੇ ਚਲਤੇ ਹੋਏ ਰਾਮਕੋਟ ਸੇ ਨਿਕਲੇ ਔਰ ਵੋ ਨੌਜਵਾਨ ਮੋਟਰਸਾਈਕਲ ਲੇਕਿਨ ਅੱਗੇ ਜੀ ਸੁਣ ਲੋ ਬਿਲਾਵਰ ਦਾ ਵਿੱਚ ਇੱਕ ਚਮਕਦਾ ਬਿਲਾਵਰ ਬਿਲਾਵਰ ਇੱਕ ਜਾਨਦਾਰ ਬਿਲਾਵਰ ਔਰ ਬਿਲਾਵਰ ਇੱਕ ਐਸੀ ਉਜਵਲ ਯੋਜਨਾ ਦੇ ਕੰਨੇ ਆਓਗੇ ਤੁਸੀਂ ਵਿਸ਼ਵਾਸ ਕਰਗੇ ਕਿ ਇੱਥੇ ਕੋਈ ਐਮ ਪੀ ਆਇਆ। ਮਿਗੀ ਭਰੋਸਾ ਹੈ, ਮਿਗੀ ਪੂਰਾ ਭਰੋਸਾ ਹੈ ਡਾਕਟਰ ਜਿਤੇਂਦਰ ਸਿੰਘ ਦਾ ਔਰ ਪ੍ਰਧਾਨ ਮੰਤਰੀ ਮੋਦੀ ਜੀ ਦਾ ਆਸ਼ੀਰਵਾਦ ਹੈ। ਅਸੀਂ ਭਰੋਸਾ ਹੈ ਕਿ ਤੁਹਾਡੇ ਸਮੱਸਿਆ ਦਾ ਸਮਾਧਾਨ ਕਰਵਾਗੇ। ਬੜਾ ਸਾਰਾ ਦੁਨੀਆ ਔਰ ਬਤਾ ਸਾਰਾ ਪੂਰਨਾ ਹੈ, ਇਹ ਮਿਗੀ ਵਿਸ਼ਵਾਸ ਹੈ। ਮੈਂ ਪਹਾੜੀ ਇਲਾਕਿਆਂ ਵਿੱਚ ਜਾਇਆ ਕਰਨਾ ਡਾਕਟਰ ਸਾਹਿਬ ਉੱਥੇ ਉੱਤਾ ਯਾਦ ਰੱਖਿਓ ਉਸ ਤੇ ਉੱਤੇ ਜੀ ਤੁਸੀਂ ਡੀ ਪੀ ਆਰ ਲੋਕੋ ਸਾਰੇ ਬੈਠੇ ਹੋ ਮੜੂ ਨਾਲੋ ਤੁਸੀਂ ਸੜਕ ਦੇਣੀ ਹੈ ਸੜਕ ਭਰੋਸਾ ਕਰੋ। ਇਹ ਚੁਣਾਵੀ ਸੜਕ ਦਾ ਬਾਰੇ ਕੀ ਹੈ ਮੈਂ ਕਿਹਾ ਡਾਕਟਰ ਸਾਹਿਬ ਵਿਚਾਰ ਕਰੋ। ਤੁਰੰਤ ਆਪਣਾ ਡੀ ਓ ਲੈਟਰ ਲਾਇਆ ਔਰ ਕਮਿਸ਼ਨਰ ਸੈਕਟਰੀ ਕੀ ਭੇਜਿਆ ਕਿ ਉੱਥੋਂ ਦੀ ਸੜਕ ਦੇ ਨਿਰਮਾਣ ਦੇ ਬਾਰੇ ਸੋਚੋ। ਮੈਂ ਸੁਖਨਾਲਾ ਦਾ ਗਿਆ, ਸਾਰੇ ਇਹ ਜਿਹੜੇ ਇਲਾਕੇ ਨੇ ਇਹਨੇ ਸਮੱਸਿਆ ਦਾ ਸਮਾਧਾਨ ਕਰਨਾ ਔਰ ਵਿਸ਼ਵਾਸ ਕਰੋ ਅਸ ਕਦੇ ਜੰਮੂ ਕਸ਼ਮੀਰ ਦੇ ਵਿੱਚ ਅਸੈਂਬਲੀ ਦੇ ਵਿੱਚ ਪੁੱਜੇ ਤੁਸੀਂ ਗੌਰਵ ਪ੍ਰਾਪਤ ਹੋਗੇ ਗੌਰਵ। ਔਰ ਇਹ ਹਿੰਦੁਸਤਾਨ ਦਾ ਐਸਾ ਚੁਣਾਵ ਹੋਇਆ ਕਰਦਾ, ਇਹ ਐਸਾ ਚੁਣਾਵ ਹੋਇਆ ਕਰਦਾ ਹਿੰਦੁਸਤਾਨ ਦਾ ਆਜ਼ਾਦੀ ਦੇ ਬਾਅਦ ਜਿਸ ਸਰਕਾਰ ਦੇ ਮੰਤਰੀ ਬਣਨ ਉਸ ਸਰਕਾਰ ਦੀ ਮੰਤਰੀਆਂ ਪਰ ਦੋ ਦੋ ਝੰਡੇ ਨਹੀਂ ਲੱਗਣੇ, ਇੱਕ ਇੱਕ ਝੰਡਾ ਰੋਣਾ ਮੇਰਾ ਤਿਰੰਗਾ ਝੰਡਾ ਭਾਰਤ ਦਾ। ਔਰ ਅਸੀਂ ਇਹ ਵੀ ਲਈਏ ਚੱਲਣਾ ਕਿ ਬਿਲਾਵਰ ਦੇ ਵਿੱਚ ਅਸ ਕੇ ਭਲਾ ਕਰ ਸਕਦੇ ਹਾਂ ਕਿ ਅਸ ਅੱਛਾ ਕਰ ਸਕਦੇ ਹਾਂ ਤਾਂ ਕਿ ਬਿਲਾਵਰ ਟੂਰਿਜ਼ਮ ਦੀ ਦ੍ਰਿਸ਼ਟੀ ਦਾ ਕਰਨਾ ਉਸ ਦ੍ਰਿਸ਼ਟੀਕੋਣ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਇੱਕ ਆਪਣਾ ਸਥਾਨ ਬਣਾਏ। ਮੈਂ ਇਹਦੇ ਵਾਸਤੇ ਪ੍ਰਯਾਸਰਤ ਰਹੂੰ। ਮੈਂ ਡਾਕਟਰ ਸਾਹਿਬ ਕੀ ਨਿਵੇਦਨ ਕੀਤਾ ਹੈ, ਇਹ ਲੈਟਰ ਲਿਖਿਆ ਕਰਦੇ ਗ੍ਰਿਫਤ ਦੇ ਡੀ ਜੀ ਜੀ ਮੇਰੇ ਕੰਨੇ ਮਿਲਾਇਆ ਇਹਨੇ, ਮੈਂ ਇਹਦੇ ਕੋਲ ਦਿੱਲੀ ਗਿਆ। ਇਹ ਜਿਹੜਾ ਰੋਡ ਤੁਹਾਡਾ ਤਾਰ ਰੋਡ ਹੈ 133 ਕਿਲੋਮੀਟਰ ਦਾ ਸਟ੍ਰੈਚ, ਇਸੀ ਅਸ ਫੋਰ ਲੇਨ ਕਰਵਾਇਆ ਕਰਨਾ। ਡਾਕਟਰ ਸਾਹਿਬ ਨੇ ਵੀ ਕੀ ਆਸ਼ਵਾਸਨ ਦਿੱਤਾ ਹੈ ਫੋਰ ਲੇਨ ਦੀ ਗੱਲ ਕਰਦੀ ਹੈ ਜੀ, 6 ਵਿਧਾਨ ਸਭਾ ਇਹਦੇ ਉੱਪਰ ਆਉਂਦੀਆਂ ਨੇ ਜਿਹਦੇ 'ਚ ਸਾਰੇ ਲੋਕਾਂ ਨੂੰ ਇਹਦਾ ਲਾਭ ਮਿਲਣਾ। ਪਹਿਲਾਂ ਕੀ ਹੁੰਦਾ ਹਾਂ ਇਹ ਚਾਲਾ ਚੱਕ ਛਲਾ ਰੋਡ, ਇਹ ਕਾਂਗਰਸੀਆਂ ਜੀ ਰੋਂਦਾ ਰੋਂਦਾ ਹਾਂ, ਅੱਜ ਛਲਾ ਚਾਲਾ ਚੱਕ ਰੋਡ ਚਮਕਦਾ ਵਾ ਰੋਡ ਲੱਭੇ ਕਰਦਾ ਸੀ। ਇਹ ਡਾਕਟਰ ਜਿਤੇਂਦਰ ਸਿੰਘ ਦੀ ਦੇਣ ਹੈ, ਮੇਰੇ ਉੱਪਰ ਭਰੋਸਾ ਰੱਖਿਓ। ਤੁਹਾਡੇ ਵਾਸਤੇ ਇਹ ਮੇਰਾ ਸਰੀਰ ਦਾ ਇੱਕ ਇੱਕ ਕਣ ਤੁਹਾਡੇ ਵਾਸਤੇ ਸਮਰਪਿਤ ਹੈ। ਮੈਂ ਪਹਿਲਾਂ ਵੀ ਆਖਿਆ, ਮੈਂ ਅੱਜ ਵੀ ਆਖਿਆ ਕਰਨਾ, ਜਾਂ ਤੱਕ ਪਾਣੀ ਦੀ ਸਮੱਸਿਆ ਮੈਂ ਗ੍ਰਾਂ 'ਚ ਜਾਇਆ ਕਰਨਾ, ਬਿਜਲੀ ਪਾਣੀ ਰੋਡ ਇਹ ਬੜੀਆਂ ਪ੍ਰਮੁੱਖ ਸਮੱਸਿਆ ਨੇ। ਔਰ ਪਾਣੀ ਵਾਸਤੇ ਮੈਂ ਤੁਸੀਂ ਦੱਸੂਗਾ, ਇਹ ਨਹਿਰੂ ਦਾ ਪਾਣੀ ਜਿੱਥੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਮੇਰੀ ਇਹ ਭੈਣੇ ਦੇ ਗੀ ਸਿਰ ਉੱਪਰ ਬਲਟੋ ਨਹੀਂ ਚੁੱਕਣ ਪਵੇ, ਗਾਗਰ ਨਹੀਂ ਚੁੱਕਣੇ ਪਵੇ, ਤੋੜਿਆ ਕਰ ਹਰ ਘਰ ਕੀ ਚੱਲ ਦੇ ਕੰਨਾ ਨਲ ਦੇ ਦੇਵਾ, ਨਲ ਦੇ ਕੰਨਾ ਚੱਲ ਦੇ ਦੇਵਾ ਪ੍ਰਬੰਧ ਕੀਤਾ ਹੈ। ਥੋੜਾ ਲੇਟ ਹੋ ਜਾਣਾ ਹੋਣਾ ਵੀ ਪਤਾ ਹੈ, ਠੇਕੇਦਾਰ ਢਿੱਲੇ ਹੋਣੇ, ਅਫਸਰ ਵੀ ਥੋੜੇ ਜਿਹੇ ਢਿੱਲੇ ਹੋਣੇ ਨੇ, ਲੇਕਿਨ ਉਸ ਢਿੱਲੇ ਪਣਗੀ ਵੀ ਦੂਰ ਕਰਨਾ ਅਸਾਂ ਕਰਨਾ, ਅਸਾਂ ਵਿਸ਼ਵਾਸ ਰੱਖਿਓ ਭੈਣੋ। ਤੋੜਾ ਸਿਰੇ ਪਰ ਹੁਣ ਮੈਂ ਬਲਟੋ ਨਹੀਂ ਦੇਖਣਾ, ਤੋੜਾ ਕਰ ਨਲ ਦਾ ਕੰਨਾ ਚੱਲ ਆਓ, ਇਹਦੀ ਵਿਵਸਥਾ ਮੈਂ ਕਰਨੀ ਹੈ।
ਇਹਦੀ ਵਿਵਸਥਾ ਮੈਂ ਕਰਨੀ ਹੈ। ਬਾਕੀ ਇਹ ਜਿਹੜਾ ਨਹਿਰੂਗੇ ਦਾ ਪਾਣੀ ਹੈ ਇਹ ਸਾਰਾ ਵੇਸਟ ਹੋਇਆ ਕਰਦਾ, ਇਸ ਪਾਣੀ ਕੀ ਸਟੋਰ ਕਰੀਏ ਮੈਂ ਤੁਹਾਡੇ ਲੋਕਾਂ ਦੇ ਘਰਾਂ 'ਚ ਪਹੁੰਚਾਉਣਾ ਹੈ, ਐਸਾ ਮੈਂ ਇੱਥੇ ਪ੍ਰਬੰਧ ਕਰਨਾ ਹੈ। ਕਾਲਜ ਅੱਛਾ ਹੋਇਆ, ਐਜੂਕੇਸ਼ਨ ਅੱਛੀ ਹੋਇਆ, ਮੈਡੀਕਲ ਫੈਸਿਲਿਟੀ ਤੁਹਾਡੇ ਕੋਲ ਵਧੀਆ ਹੋਇਆ, ਮੈਂ ਤੁਹਾਡੇ ਵਾਸਤੇ ਇੱਕ ਐਸਾ ਐਕਸੀਡੈਂਟਲ ਹਸਪਿਟਲ ਜਾਂ ਟਰਾਮਾ ਸੈਂਟਰ ਇਸ ਇਲਾਕੇ ਦੇ ਵਿੱਚ ਲਈ ਆਉਣਾ, ਤੁਸੀਂ ਯਾਦ ਕਰਕੇ ਤੁਸੀਂ ਜੰਮੂ ਜਾਣ ਦੀ ਲੋੜ ਨਹੀਂ ਪਾਓ। ਐਸਾ ਸੁੰਦਰ ਹਸਪਤਾਲ ਦੀ ਵਿਵਸਥਾ ਕਰਨੀ ਹੈ, ਉਹਦੇ ਵਾਸਤੇ ਵੀ ਕੁਛ ਵੀ ਕਰਨੇ ਪਓ ਡਾਕਟਰ ਸਾਹਿਬ, ਤੁਹਾਡਾ ਕਹਿੰਦਾ ਵੀ ਮੈਨੂੰ ਲੜਨੇ ਪਊ ਕਿ ਮੈਂ ਲੜਨਾ ਹੈ, ਮੈਨੂੰ ਟਰਾਮਾ ਸੈਂਟਰ ਇਸ ਇਲਾਕੇ ਦੇ ਵਿੱਚ ਚਾਹੀਦਾ, ਕਿਉਂਕਿ ਧਾਰ ਰੋਡ ਹੈ, ਅਕਸਰ ਐਕਸੀਡੈਂਟ ਹੁੰਦੇ ਨੇ। ਔਰ ਜਿਹੜਾ ਮੇਰਾ ਬੜਾ ਵੱਡਾ ਮੁੱਦਾ ਹੈ ਨਾ, ਇਹ ਫੋਰ ਲੇਨਿੰਗ ਦਾ, ਸਾਰੇ ਇਲਾਕੇ ਡਾਕਟਰ ਸਾਹਿਬ ਫੋਰ ਲੇਨਿੰਗ ਹੋਈ ਹੈ, ਸਿਕਸ ਲੇਨਿੰਗ ਹੋਈ ਹੈ, ਲੇਕਿਨ ਮੇਰਾ ਇਹ ਧਾਰ ਰੋਡ ਵਾਲੀ ਪਿੱਛੇ ਹੈ। ਇਹਨਾਂ ਪੰਜ ਸਾਲਾਂ ਦੇ ਵਿੱਚ ਅਸੀਂ ਜਰਾ ਸਿੱਧਾ ਕਰ ਲਓ, ਮੈਂ ਤੁਸੀਂ ਨਿਵੇਦਨ ਤੁਹਾਡੇ ਚਰਨਾਂ ਦੇ ਵਿੱਚ ਕਰਿਆ ਕਰਨਾ, ਇਸ ਜਨਤਾ ਜਨਾਰਦਨ ਦੇ ਸਾਹਮਣੇ। ਲੇਕਿਨ ਅੱਜ ਜਿਹੜਾ ਤੁਸੀਂ ਮੋਦੀ ਜੀ ਦੇ ਪ੍ਰਤੀ ਵਿਸ਼ਵਾਸ, ਆਸਥਾ, ਸ਼ਰਧਾ, ਤਿਆਗ ਔਰ ਤਪੱਸਿਆ ਦਾ ਬਲੀਦਾਨ ਦੇ ਕਰਦੇ ਹੋ, ਮੈਂ ਤੁਸੀਂ ਵਾਰ ਵਾਰ ਸਲਿਊਟ ਕਰਿਆ ਕਰਨਾ। ਇਹ ਮੋਦੀ ਜੀ ਦਾ ਦੇਸ਼ ਅੱਜ ਦੁਨੀਆ ਦੇ ਉੱਪਰ ਨਕਸ਼ੇ ਕਦਮ ਦਾ। ਮਾਤਾ ਸੁਪਰਾਲਾ ਇੱਕ ਪਾਸਾ, ਮਾਂ ਬਾਲਾ ਸੁੰਦਰੀ, ਇਹ ਕੁਸੇ ਕੁਸੇ ਦੇ ਨਸੀਬ ਵਿੱਚ ਹੁੰਦਾ, ਭਾਗੇ 'ਚ ਹੁੰਦਾ ਵੀ ਇਸ ਧਰਤੀ ਕੀ ਨਮਨ ਕਰੀਏ। ਇੱਥੇ ਦੇ ਹੁਣ ਸਤੀਸ਼ ਹੋਰ ਗਲਾਰਦੇ ਹੈ ਵੀ ਜਿਹੜੀ ਲੋਕ ਸਭਾ ਦਾ ਚੁਣਾਵ ਹੋਇਆ ਅਤੇ ਉਹਦੇ ਬਾਅਦ ਜਿੱਤਣੇ ਦੇ ਬਾਅਦ ਮੈਂ ਪਹਿਲੀ ਵਾਰੀ ਆਇਆ, ਲੇਕਿਨ ਉਹਦੇ 'ਚ ਅਰਧ ਸੱਤ ਹੈ, ਦੂਆ ਸੱਚ ਇਹ ਹੈ ਵੀ ਅਸੀਂ ਸੰਕਲਪ ਕੀਤੇ ਦਾ ਆਉਣਾ, ਤਾਂ ਜਿਸਲੇ ਸਤੀਸ਼ ਹੋਰ ਟਿਕਟ ਲਈਏ ਅਤੇ ਇੱਥੇ ਆਪਣਾ ਜਲਸਾ ਕਰਨਾ। ਸਾਡੇ ਵਿੱਚ ਬੈਠੇ ਦੇ ਸਾਡੇ ਪੁਰਾਣੇ ਸਾਥੀ ਚੇਤਾ ਹੋ ਗਏ, ਇਹਨੇ ਹੁਣ ਆਖਿਆ ਤ੍ਰੀ ਵਾਰੀ ਮੈਂ ਲੋਕ ਸਭਾ 'ਚ ਚੁਣਿਆ, ਤੁਸੀਂ ਗਏ ਚੁਣਿਆ, ਤੁਹਾਡੇ ਮੁਹੱਬਤ, ਤੁਹਾਡੇ ਪ੍ਰੇਮ, ਤੁਹਾਡੇ ਸਨੇਹ ਨੇ। ਪਰ ਜਿਸ ਵੇਲੇ ਆਸ ਇਸੇ ਧਰਤੀ ਪਰ ਇਸੇ ਜਗ੍ਹਾ ਮੈਂ ਅਤੇ ਸਤੀਸ਼ ਹੋਰ ਸਭਾ ਕਰਾਰਦੇ ਹੈ ਅਤੇ ਖਬਰ ਆਈ ਕਿ ਟਿਕਟ ਡਾਕਟਰ ਜਤਿੰਦਰ ਸਿੰਘ ਹੀ ਦੇਣੀ ਹੈ, 10 ਵਰੇ ਪਹਿਲੇ ਦੀ ਗੱਲ ਹੈ। ਇਹ ਸਥਾਨ ਵੀ ਬੜਾ ਪਵਿੱਤਰ ਹੈ, ਇਹ ਲੰਮਾ ਵੀ ਬੜਾ ਪਵਿੱਤਰ ਹੈ, ਅੱਜ ਇਹਦਾ ਅਵਸਰ ਵੀ ਬੜਾ ਪਵਿੱਤਰ ਹੈ ਅਤੇ ਅੱਜ ਵਰਖਾ ਦੀਆਂ ਕਣੀਆਂ ਪਈਆਂ, ਇਹਦਾ ਮਤਲਬ ਹੈ ਕਿ ਅਸ ਸਹੀ ਰਸਤੇ ਚੱਲੀ ਪਏ ਆ। ਸਤੀਸ਼ ਜੀ ਕੀ ਜਿਸਲੇ ਪਾਰਟੀ ਦੀ ਤਰਫਾ ਪ੍ਰਤਿਆਸ਼ੀ ਬਣਾਇਆ ਜਾਂਦਾ ਅਤੇ ਭਾਰਤੀ ਜਨਤਾ ਪਾਰਟੀ ਦੀ ਆਵਾਜ਼ ਬਣਾਈ ਹੈ, ਨਹੀਂ ਵਿਧਾਨ ਸਭਾ ਬੁਝਾਉਣੇ ਦਾ ਫੈਸਲਾ ਹੁੰਦਾ ਹੈ, ਅਤੇ ਮੈਂ ਸਮਝਦਾ ਕਿ ਦੂਰ ਦੂਰ ਤੱਕ ਇੱਕ ਸੰਦੇਸ਼ ਜਾਂਦਾ ਹੈ ਕਿ ਸਾਡੇ ਕੋਲ ਐਸੇ ਵੀ ਕਰਮਠ ਸਾਥੀ ਹੈਨ ਜਿਹੜੇ 60-70 ਵਰੇ ਛੜਾ ਸੰਘਰਸ਼ ਬਗੈਰ ਸੱਤਾ ਦੇ, ਬਗੈਰ ਤਾਕਤ ਦੇ ਇਸ ਸੰਗਠਨ ਕੀ ਜ਼ਿੰਦਾ ਰੱਖਿਆ ਹੈ। ਮੈਂ ਕਈ ਵਾਰੀ ਬਈ ਇਹ ਗੱਲ ਕਰਨਾ ਬੜੇ ਲੋਕਾਂ ਦੇ ਵਿਚਕਾਰ, ਮੈਂ ਆਖਣਾ ਕਦੇ ਕੁਛ ਸੋਚਿਆ ਇਹ ਇੱਕ ਸ਼ੋਧ ਦਾ ਵਿਸ਼ੇ ਬਣ ਆਉਣ ਵਾਲੇ ਟਾਈਮ ਵਿੱਚ? 50-60 ਵਰੇ ਸਾਡੇ ਕੋਲ ਕਿਛ ਨਹੀਂ ਹੈ, ਨਾ ਸਾਡੇ ਕੋਲ ਹਕੂਮਤ ਇੱਥੇ, ਨਾ ਕੇਂਦਰ 'ਚ, ਪ੍ਰਜਾ ਪਰਿਸ਼ਦ ਕੋਲ ਲਈਏ ਜਨਸੰਘ ਤੱਕ। 1952 ਜਿਸਲੇ ਪਹਿਲੀ ਵਾਰੀ ਚੁਣਾਵ ਲੜਿਆ ਸ਼ਾਮਾ ਪ੍ਰਸਾਦ ਮੁਖਰਜੀ ਨੇ ਤੇ 3 ਸੀਟਾਂ ਆਈਆਂ ਲੋਕ ਸਭਾ 'ਚ, ਲੋਕਾਂ ਮੌਜੂ ਲਿਆ, ਅਸੀਂ ਇਹ ਸ਼ੌਕ ਵਿੱਚ ਬੜੀ ਗਲਤੀ ਕਰੀ ਇੱਥੇ ਅਤੇ ਇੱਥੇ ਵੀ ਸਾਡਾ ਉਹ ਹਾਲ ਰਿਹਾ। ਲੇਕਿਨ ਉਹਦੇ ਬਾਵਜੂਦ ਜੇ 50-60-70 ਵਰੇ ਇਹ ਪਾਰਟੀ ਜੀਵਤ ਰਹੀ ਹੈ ਤਾਂ ਇਸ ਵਾਸਤੇ ਕਿ ਇਹ ਜਨੂੰਨ ਹੈ, ਇਹ ਜੇ ਜਨੂੰਨ ਦਾ ਪ੍ਰਤੀਕ ਸਤੀਸ਼। ਅਗਰ ਕੋਈ ਕਾਂਗਰਸ ਪਾਰਟੀ 'ਚ ਹੋਇਆ ਤਾਂ ਹੁਣ ਤੱਕ 4-5 ਪਾਰਟੀਆਂ ਬਦਲੀ ਉੜਦੇ, ਦੇਖੋ ਤੁਸੀਂ ਜਿਹੜੇ ਖੜੋਤੇ ਦਿਨ ਬਲਾਵਰ, ਦੇਖੋ ਤੁਸੀਂ ਜਿਹੜੇ ਖੜੋਤੇ ਦੇ ਬਸੋਲੀ, ਪੁੱਛੀ ਮਿਲਾਓ ਪਿਛਲੇ ਬਾਰੇ ਅੱਜ ਦੀ ਦਿਹਾੜੀ ਕਿਹੜੀ ਪਾਰਟੀ ਹੈ, ਥੋੜ੍ਹੇ ਸਮੇਂ ਲੱਗੀ ਜਾਣਾ ਚੇਤਾ ਕਰਦੇ, ਆਪੂ ਕਿਆ ਭੁੱਲੀ ਨੇ।
ਕਦੇ ਕਾਂਗਰਸ ਪਾਰਟੀ, ਕਦੇ ਬੀਜੇਪੀ ਪਾਰਟੀ, ਕਦੇ ਡੋਗਰਾ ਸੰਗਠਨ, ਕਦੇ ਕਸ਼ਮੀਰੀ ਸੰਗਠਨ, ਇਹ ਚੇਤਾ ਨਹੀਂ ਕਿੱਥੇ ਗਏ। ਇੱਥੇ ਵਾਲੇ ਹੀ ਦੇਖੀ ਲਓ, ਜਿਸ ਭਾਰਤੀ ਜਨਤਾ ਪਾਰਟੀ ਦੀ ਟਿਕਟ ਨਹੀਂ ਮਿਲਦੀ ਕਾਂਗਰਸ ਆਈ ਹੈ। ਲੇਕਿਨ ਉਹ ਨਿਸ਼ਠਾ, ਉਹ ਸੰਕਲਪ, ਉਹ ਸਮਰਪਣ, ਉਹ ਸੇਵਾ ਭਾਵ, ਪਤਾ ਕਿਸ ਨਹੀਂ ਥੋੜਾ, ਲੋਕ ਮੌਜੂ ਲੈਂਦੇ ਸਾਡਾ। ਆਦੇ ਪੜ੍ਹੇ ਲਿਖੇ ਲੋਕ ਝੰਡਾ ਝੰਡਾ ਚੁੱਕਦੇ, ਅਸੀਂ ਆਦੇ ਝੰਡਾ ਡੰਡਾ ਪਾਰਟੀ, ਝੰਡਾ ਡੰਡਾ ਪਾਰਟੀ। ਲੇਕਿਨ ਇਸ ਕਰਮਠ ਸੰਕਲਪ ਨੇ ਗਏ ਇਸ ਪਾਰਟੀ ਕੀ ਜ਼ਿੰਦਾ ਰੱਖਿਆ, ਅਤੇ ਪਰਮਾਤਮਾ ਨੇ ਅਸੀਂ ਵਰਦਾਨ ਦਿੱਤਾ। ਤ੍ਰੈ ਪੀੜ੍ਹੀਆਂ ਸਾਡੀਆਂ ਬਜ਼ੁਰਗਾਂ ਦੀਆਂ, ਉਹਨੇ ਆਪਣਾ ਜੀਵਨ ਸਮਰਪਣ ਕੀਤਾ, ਤਿਆਗ ਦਿੱਤਾ, ਅਤੇ ਇਹ ਸਾਡੀ ਚੌਥੀ ਪੀੜ੍ਹੀ ਹੈ ਜਿਹੜੀ ਅੱਜ ਮੋਦੀ ਜੀ ਦੀ ਸਦਾਰਤ ਵਿੱਚ ਉਹਦੇ ਆਸ਼ੀਰਵਾਦ ਕਰਨੇ ਇਸ ਲਾਇਕ ਬਣੇ ਕਿ ਅਸੀਂ ਇੱਕ ਮੰਚ ਉੱਪਰ ਖੜੋਈ ਸਕਿਆ। ਸਾਡੇ ਵਾਸਤੇ ਕੋਈ ਮੰਚ ਬਣਿਆ ਸਾਡੇ ਵਾਸਤੇ ਤਾਂ ਮਿੱਤਰੋ ਮੰਚ ਵੀ ਨਹੀਂ ਹੁੰਦਾ। ਡੀਸੀ ਦੇ ਤਹਿਸੀਲਦਾਰ ਸਾਡੇ ਕੋਲ ਘਾਬੜਦੇ, ਇਹ ਸਾਰੀ ਉਮਰ ਜਮਾਤੀ ਰਹਿੰਦੇ, ਸਾਡੇ ਆਖਦੇ ਦੂਰ ਰਹੋ ਜੀ, ਕੋਈ ਟ੍ਰਾਂਸਫਰ ਨਹੀਂ ਹੋਈ ਆ ਮਤੀ ਦੋਸਤੀ ਕੱਢੀ ਦੇ। ਅੱਜ ਪਰਮਾਤਮਾ ਨੇ ਸੰਕਲਪ ਕੀ ਆਸ਼ੀਰਵਾਦ ਦਿੱਤਾ ਹੈ, ਮੋਦੀ ਜੀ ਦੇ ਨੇਤ੍ਰਿਤਵ ਵਿੱਚ ਅੱਜ ਇੱਕ ਸਨਮਾਨਜਨਕ ਅਸੀਂ ਮੌਕਾ ਮਿਲਿਆ, ਅਤੇ ਸਾਡੇ ਸਾਰੇ ਪਿਛਲੇ ਰੁਕੇ ਦੇ ਕੰਮ ਵੀ ਉਹ ਵੀ ਮੋਦੀ ਜੀ ਨੇ ਸਾਡੇ ਕਰਾਉਣੇ ਨੇ, ਅਤੇ ਹੁਣ ਵੀ ਕਰਾਏ। ਜਿੱਥੇ ਤੱਕ ਬਿਲਾਵਰ ਦਾ ਤਲਕ ਹੈ, ਇਹ ਇੱਕ ਐਸਾ ਇਲਾਕਾ ਮੰਨਿਆ ਗਿਆ ਪੂਰੇ ਜੰਮੂ ਕਸ਼ਮੀਰ ਅਤੇ ਉੱਤਰ ਭਾਰਤ ਵਿੱਚ ਜਿੱਥੇ ਸਾਡੇ ਬੱਚੇ ਬੱਚੀਆਂ ਬੜੇ ਜ਼ਹੀਨ ਰਹੇ, ਲਾਇਕ ਰਹੇ, ਵੱਡੇ ਕੋਲ ਵੱਡੇ ਵਕੀਲ ਬਣੇ, ਡਾਕਟਰ ਬਣੇ, ਹਰ ਖੇਤਰ ਵਿੱਚ ਉਹਨੇ ਆਪਣਾ ਨਾਂ ਕਮਾਇਆ। ਲੇਕਿਨ ਭੀ ਵੀ ਇਹ ਖੇਤਰ ਪਿਛੜਾ ਰਿਹਾ, ਜਿੱਥੋਂ ਸਾਰੇ ਕੋਲ ਜ਼ਿਆਦਾ ਪੜ੍ਹੇ ਲਿਖੇ ਦੇ ਬੱਚੇ ਆਉਂਦੇ ਉਸ ਖੇਤਰ ਦੀ ਡਿਗਰੀ ਕਾਲਜ ਦੇਣ ਵਾਸਤੇ ਕਈ ਵਰ੍ਹੇ ਲੱਗੀ ਹੈ ਸੰਘਰਸ਼ ਕਰ।